ਸਤਿ ਸ਼੍ਰੀ ਅਕਾਲ ਜੀ, ਮਨਰਾਜ ਸਿੱਧੂ ਵਲੋਗ ਵਿੱਚ ਤੁਹਾਡਾ ਸਵਾਗਤ ਹੈ। ਅਰਲੀ ਮਾਰਨਿੰਗ ਦਾ ਟਾਈਮ ਹੈ ਔਰ ਸਭ ਨੂੰ ਗੁੱਡ ਮਾਰਨਿੰਗ। ਆਸ਼ਾ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਵਧੀਆ ਹੋਵੋਗੇ ਜੀ। ਲਓ ਜੀ, ਅੱਜ ਆਪਾਂ ਸਵੇਰੇ ਸਵੇਰੇ ਗਾਰਡਨ 'ਚ ਥੋੜ੍ਹਾ ਜਿਹਾ ਘੁੰਮਦੇ ਹਾਂ ਨੰਗੇ ਪੈਰੇ। ਠੰਡੀ ਠੰਡੀ ਮਿੱਟੀ ਬੜੀ ਵਧੀਆ ਲੱਗ ਰਹੀ ਪੈਰਾਂ ਨੂੰ, ਬੜਾ ਸਕੂਨ ਜਿਹਾ ਮਿਲ ਰਿਹਾ ਕਿਉਂਕਿ ਮਿੱਟੀ ਹੈਗੀ ਸਿੱਲੀ ਸਿੱਲੀ ਅਤੇ ਮਿੱਟੀ ਦੀ ਖੁਸ਼ਬੂ ਵੀ ਬੜੀ ਸੋਹਣੀ ਆ ਰਹੀ ਹੈ ਅਤੇ ਬੜਾ ਵਧੀਆ ਲੱਗ ਰਿਹਾ ਨੰਗੇ ਪੈਰੀ ਘੁੰਮਣਾ ਇੱਥੇ। ਹੁਣ ਥੋੜ੍ਹੀ ਜਿਹੀ ਖਾਲੀ ਹੈ ਇਹ ਜਿਹੜਾ ਪਾਰਕ ਹੈ, ਖਾਲੀ ਹੈ। ਫਿਰ ਬੀਜਾ ਬਜਾਈ ਹੋ ਗਈ, ਫਿਰ ਇੱਥੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਮਿਲਣੀ। ਜਦੋਂ ਇੱਥੇ ਘਾਹ ਬੀਜਤਾ ਫਿਰ ਵਧੀਆ ਘੁੰਮਣ ਫਿਰਨ ਨੂੰ ਜਗ੍ਹਾ ਬਣ ਜੂਗੀ। ਉਹ ਸਵੇਰੇ ਸਵੇਰੇ ਨੰਗੇ ਪੈਰ ਘੁੰਮਣਾ ਜਿਹੜਾ ਹੈਲਥ ਵਾਸਤੇ ਬਹੁਤ ਵਧੀਆ ਹੁੰਦਾ, ਅੱਖਾਂ ਵਾਸਤੇ ਬਹੁਤ ਵਧੀਆ ਹੁੰਦਾ ਅਤੇ ਬਹੁਤ ਵਧੀਆ ਲੱਗ ਰਿਹਾ ਮਿੱਟੀ ਦੇ ਵਿੱਚ ਨੰਗੀ ਪੈਰੇ ਘੁੰਮਣਾ। ਇੱਧਰ ਰਾਜਵਿੰਦਰ ਨੇ ਕਿਆਰੀਆਂ ਬਣਾ ਤੀਆਂ। ਦੇਖੋ ਜੀ, ਦਿਨ ਚੜ੍ਹਨਾ ਸ਼ੁਰੂ ਹੋ ਗਿਆ, ਕਿੰਨਾ ਵਧੀਆ ਲੱਗ ਰਿਹਾ। ਸਵੇਰ ਬਿਲਕੁਲ ਸ਼ਾਂਤ ਵਾਤਾਵਰਨ, ਚਲੋ ਜੀ ਹੁਣ ਥੋੜ੍ਹਾ ਟਾਈਮ ਟਹਿਲ ਲਿਆ ਆਪਾਂ ਇੱਥੇ ਮਿੱਟੀ ਦੇ ਵਿੱਚ, ਪੈਰ ਵਧੀਆ ਠੰਡੇ ਠੰਡੇ ਹੋ ਗਏ। ਹੁਣ ਆਪਾਂ ਚੱਲਦੇ ਹਾਂ, ਸਭ ਤੋਂ ਪਹਿਲਾਂ ਸਫਾਈ ਦਾ ਕੰਮ ਸ਼ੁਰੂ ਕਰਦੇ ਹਾਂ। ਪਹਿਲਾਂ ਕਰਦੇ ਹਾਂ ਟਿਊਸ਼ਨ ਵਾਲੇ ਰੂਮ ਦੀ ਸਫਾਈ। ਹਨੇਰਾ ਆ, ਲਾਈਟ ਜਗਾਉਂਦੇ ਹਾਂ ਇੱਧਰ। ਚਲੋ ਜੀ, ਆ ਗਏ ਆਪਾਂ ਇੱਧਰ ਟਿਊਸ਼ਨ ਵਾਲੇ ਰੂਮ ਦੇ ਵਿੱਚ। ਹੁਣ ਇੱਥੇ ਸਫਾਈ ਕਰਦੇ ਹਾਂ, ਸਫਾਈ ਕਰਕੇ ਸਮਾਨ ਸਾਰਾ ਸੈੱਟ ਕਰਦੇ ਹਾਂ। ਮਿਲਦੇ ਹਾਂ ਬਾਅਦ ਵਿੱਚ, ਬਣੇ ਰਹੋ ਵਲੋਗ ਦੇ ਵਿੱਚ। ਜੇ ਤੁਸੀਂ ਚੈਨਲ 'ਤੇ ਪਹਿਲੀ ਵਾਰੀ ਆਏ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ। ਬਿਲਕੁਲ ਸ਼ਾਂਤ ਮਾਹੌਲ ਪਿੰਡਾਂ ਦਾ ਸਵੇਰ ਦਾ, ਸਿਰਫ ਪੰਛੀ ਬੋਲਦੇ ਸੁਣ ਰਹੇ ਆ। ਪੁੱਠਾ ਕਰਤਾ, ਕੱਸ ਲਓ ਕੱਸੇ ਨਾਲ ਦਾ, ਕੱਸਿਆ ਹੋਇਆ ਨਾ। ਲੰਚ ਵਿੱਚ ਅੱਜ ਆਪਾਂ ਬਣਾ ਲਏ ਆ ਨਮਕੀਨ ਚੌਲ ਅਤੇ ਨਾਲ ਰਾਤ ਦੀ ਬਣਾਈ ਹੋਈ ਹੈ ਕਾਬਲੀ ਛੋਲਿਆਂ ਦੀ ਸਬਜ਼ੀ ਅਤੇ ਨਾਲ ਦਹੀਂ। ਹੁਣ ਆਪਾਂ ਚੌਲ ਪਾਉਂਦੇ ਹਾਂ ਠੰਡੇ ਹੋਣ ਵਾਸਤੇ। ਕੜਛੀ ਜਿਹੜੀ ਹੈ ਗਰਮ ਹੋ ਗਈ ਹੈ, ਇਸ ਕਰਕੇ ਆਹ ਵਾਲੀ ਕੜਛੀ ਲੈਂਦੇ ਹਾਂ। ਭੁੱਖ ਬੜੇ ਜ਼ੋਰ ਦੀ ਲੱਗੀ ਹੋਈ ਹੈ ਕਿਉਂਕਿ ਟਾਈਮ ਹੋ ਗਿਆ 9:30 ਦਾ। ਇਸ ਨੂੰ ਮੈਂ ਠੰਡੇ ਹੋਣ ਵਾਸਤੇ ਪਾਉਂਦੀ ਹਾਂ। ਸਬਜ਼ੀ ਨਾਲ ਖਾਵਾਂਗੇ ਅਤੇ ਦਹੀਂ ਪਾ ਕੇ ਬਹੁਤ ਟੇਸਟੀ ਲੱਗਣਗੇ, ਥੋੜ੍ਹੇ ਠੰਡੇ ਹੋ ਜਾਣਗੇ ਫਿਰ ਖਾਵਾਂਗੇ। ਸਾਰੇ ਹੁਣ ਮੈਂ ਕਲੀਨਿੰਗ ਕਰਕੇ ਆਈ ਹਾਂ। ਕਲੀਨਿੰਗ ਕਰਨ ਤੋਂ ਬਾਅਦ ਚੌਲ ਤਿਆਰ ਕੀਤੇ ਆ, ਚੌਲ ਹੈਗੇ ਗਰਮ ਅਤੇ ਹੁਣ ਮੈਂ ਬਹਿ ਕੇ ਖਾਂਦੀ ਕਿਉਂਕਿ ਭੁੱਖ ਬਹੁਤ ਲੱਗਦੀ, ਡਸਟਿੰਗ ਵਗੈਰਾ ਕਰਦੇ ਕਰਦੇ ਬਹੁਤ ਭੁੱਖ ਲੱਗ ਗਈ।
ਸਾਰਾ ਕੰਮ ਨਿਬੇੜ ਕੇ ਬਸ ਲੰਚ ਕਰਕੇ ਅਤੇ ਰੈਸਟ ਕਰਨਾ ਹੈ ਨਹਾ ਕੇ। ਚਲੋ ਜੀ ਬਣੇ ਰਹੋ ਵਲੌਗ ਦੇ ਵਿੱਚ, ਮਿਲਾਂਗੇ ਥੋੜ੍ਹਾ ਟਾਈਮ ਬਾਅਦ। ਇੰਨੀ ਗੱਠੀ ਚੱਕ ਕੇ ਪਾ ਦਿਓ, ਨਹੀਂ ਪੈ ਹੀ ਜਾਂਦੀ ਹੈ, ਪੈ ਹੀ ਜਾਂਦੀ ਹੈ, ਪੈ ਜੂਗੀ ਸਾਰੀ, ਕੱਢੋ ਨਾ ਦੇ। ਮਨਵੀਰ ਲੱਗ ਰਿਹਾ ਖੰਡ ਪਾਉਣ ਵਾਸਤੇ ਗੱਠਾ ਸਾਰਾ। ਅਈਸ਼ਾ ਵੈਰੀ ਗੁੱਡ, ਢੱਕਣ ਫੜਾ, ਆਸੇ ਪਾਸੇ ਨਾ ਗਿੱਲ ਲੱਗਦੇ। ਐ ਆਸਰਾ ਵੱਡੇ ਵੱਡੇ ਬੇਟੇ ਵੱਡੇ ਹੋ ਜਾਂਦੇ ਆ, ਐਂ ਆਸਰਾ ਹੋ ਜਾਂਦਾ ਹੈ ਨਾ। ਮਿੰਟਾਂ 'ਚ ਪਾ ਤੀ ਬੀਬੀ ਨੇ, ਕਿੰਨਾ ਚਿਰ ਹੌਲੀ ਹੌਲੀ ਭਾਂਡੇ ਨਾ ਪਾਉਣੀ ਸੀ, ਪੈਰ 'ਚ ਨਾ ਮਾਰਾਂ ਦੀ ਥੱਲੇ ਤਿੱਖੀ ਹੈ। ਚਲੋ ਜੀ ਖੰਡ ਦੀ ਟੈਨਸ਼ਨ ਵੀ ਖਤਮ, ਕੀੜੇ ਲੱਗ ਜਾਂਦੇ ਜੇ ਗੱਟੇ 'ਚ ਪਈ ਰਹਿ ਜਾਵੇ ਵੀ ਪਾ ਤੀ, ਜਿਹੜੇ ਵੱਧਦੀ ਹੈ ਤਾਂ ਬਾਲਟੀ 'ਚ ਪਾ ਦਾਂਗੇ ਥੋੜ੍ਹੀ ਜਿਹੀ, ਪੈ ਤਾਂ ਜਾਊਗੀ ਇਹਦੇ ਵਿੱਚ ਹਲਾ ਦੀ ਅਸੀਂ। ਚਲੋ ਕੀੜਿਆਂ ਨੂੰ ਖਾਣ ਨੂੰ ਨਹੀਂ ਮਿਲਣੀ ਖੰਡ, ਸ਼ੂਗਰ ਹੋ ਜੂ ਕੀੜੇ, ਸ਼ੂਗਰ ਹੋ ਜਾਂਦੀ ਕੀੜਿਆਂ ਨੂੰ, ਫਿਰ ਬੰਦਿਆਂ ਨੂੰ ਸ਼ੂਗਰ ਹੁੰਦੀ ਆ ਖੰਡ ਖਾ ਕੇ ਨਾ। ਬਸ ਬਸ ਖੁੱਲ੍ਹੇ ਨਾ ਆਸੇ ਪਾਸੇ ਡੁੱਲ ਗਈ ਨਾ, ਉੱਥੇ ਕੀੜੇ ਆ ਜਾਣੇ, ਮੈਂ ਰੱਖਦੀ ਇਹਨੂੰ ਸਾਫ਼ ਕਰਕੇ ਹੁਣ ਸਹੀ। ਦੇਖੋ ਇੰਨੇ ਸਾਰੇ ਪੈਕਟਸ ਜਿਹੜੇ ਇਹਨਾਂ ਦੇ ਬੈਗਾਂ ਦੇ ਵਿੱਚੋਂ ਨਿਕਲੇ ਆ, ਕੁਛ ਖਾਲੀ ਤੇ ਕੁਛ ਭਰੇ ਹੋਏ ਸੀਗੇ। ਅੱਜ ਫਿਰ ਬੈਗ ਚੈੱਕ ਹੋਣੇ ਸਾਰਿਆਂ ਦੇ, ਬੈਠੋ ਆਓ ਪਾਈਏ ਰੇਟ ਤੁਹਾਡੇ ਬੈਗਾਂ ਦੇ। ਚਲੋ ਕੋਈ ਗੱਲ ਨਹੀਂ, ਇਹ ਪਹਿਲਾਂ ਇਹਨਾਂ ਦੇ ਚੈੱਕ ਕਰ, ਫਿਰ ਉਹਨਾਂ ਦੇ ਕਰਕੇ ਸਾਰੇ ਬੈਗ ਚੈੱਕ ਕਰ, ਇਹਨਾਂ ਦੇ ਬੈਗ ਚੈੱਕ। ਸ਼ੁਭਾ ਦੀ ਸੀਟ ਤੇ ਆ ਜਾਓ, ਸਕੂਲ ਦਾ ਕਦਰ ਬੇਟਾ ਇੱਧਰ ਆ ਸੀਟਾਂ ਬੈਠ ਜਾ, ਜੇ ਇੱਧਰ ਨਵਰੀਤ ਹੈ ਉਸ ਤੋਂ ਨਹੀਂ ਬੈਠ ਆ, ਦੇਖੋ ਕਚਰਾ ਨਿਕਲਦਾ ਇਹਨਾਂ ਦਾ ਹਾਲ ਦੇਖੋ। ਮੈਂ ਅੱਜ ਫਿਰ ਸੀ ਲੈ ਕੇ ਆਇਆ, ਨਹੀਂ ਚੈਕਿੰਗ ਹੋ ਰਹੀ ਹੈ ਬੈਗ ਦੀ, ਬੈਠੋ ਹੁਣ ਚਲੋ। ਦਿਖਾ ਦਿਖਾ ਬੈਗ ਚੈੱਕ ਕਰੋ ਇਹਨਾਂ ਦੇ, ਕਚਰਾ ਨਾ ਕੱਢ ਕੇ ਬਾਹਰ ਛੱਡ, ਸਿਰਫ ਖਾਣ ਦਾ ਕੰਮ ਹੈ ਨੀ ਅੱਜ, ਸ਼ੁਕਰ। ਠੀਕ ਹੈ ਵੈਰੀ ਗੁੱਡ, ਅੱਜ ਤੋਂ ਬਾਅਦ ਆਉਣੇ ਚਾਹੀਦੇ, ਮੈਂ ਮੈਸੇਜ ਵੀ ਭੇਜਣ ਲੱਗੀ ਸੀ ਕਿ ਮੈਂ ਕਿਹਾ ਮੈਸੇਜ ਭੇਜਾ ਇਹਨਾਂ ਨੂੰ, ਪੈਸੇ ਨਾ ਦਿਆ ਕਰੋ, ਕਚਰਾ ਸਾਰਾ ਇੱਥੇ ਫਲਾਰ ਦਿੰਦੇ ਆ। ਅੱਜ ਤੇ ਕੱਲ ਦੋ ਦਿਨ ਕੀਤੇ ਬੱਚਿਆਂ ਦੇ ਬੈਗ ਚੈੱਕ, ਅਤੇ ਬੱਚੇ ਕਚਰਾ ਬਹੁਤ ਖਾਂਦੇ ਹੈ, ਇਹ ਸਾਰੇ ਜਿਹੜੇ ਕੁਰਕਰੇ ਚਿਪਸ ਹੈ ਨਾ, ਇਹ ਸਾਰੇ ਜਿਹੜੇ ਮਾਰਕੀਟ ਵਾਲੀਆਂ ਚੀਜ਼ਾਂ, ਇਹ ਕਚਰਾ ਹੀ ਇੱਕ ਤਰ੍ਹਾਂ ਦਾ, ਜੋ ਕਿ ਬੱਚਿਆਂ ਦੀ ਹੈਲਥ ਨੂੰ ਬਹੁਤ ਜ਼ਿਆਦਾ ਖਰਾਬ ਕੀਤੀ ਕਰਦੀਆਂ ਆ।
ਤੇ ਹੁਣ ਮੈਂ ਉਹਨਾਂ ਨੂੰ ਮਨਾ ਕਰਤਾ ਵੀ ਤੁਸੀਂ ਇਹ ਬੈਗ ਦੇ ਵਿੱਚ ਇਹ ਵਾਲੀਆਂ ਚੀਜ਼ਾਂ ਨਹੀਂ ਲੈ ਕੇ ਆਉਣੀਆਂ, ਇੱਥੇ ਨਹੀਂ ਖਾਣੀਆਂ ਗਿਆ। ਇੱਕ ਤਾਂ ਤੁਸੀਂ ਗਾਰਬੇਜ ਫੈਲਾਉਂਦੇ ਹਾਂ, ਇੱਥੇ ਕਵਰ ਸਾਰੇ ਇੱਥੇ ਸਿੱਟਦੇ ਹਾਂ, ਦੂਸਰਾ ਵੀ ਇਹ ਚੀਜ਼ਾਂ ਜਿਹੜੀਆਂ ਹੈਲਥ ਵਾਸਤੇ ਵਧੀਆ ਨਹੀਂ, ਨਾਲੇ ਟਾਈਮ ਵੇਸਟ ਕਰਦੇ ਆ, ਹੈ ਨਾ। ਅਤੇ ਅੱਜ ਬਹੁਤ ਵੀ ਹੱਸੀ ਮਜ਼ਾਕ ਵੀ ਹੋਇਆ, ਚਲੋ ਬੱਚਿਆਂ ਨੇ ਇੰਜੋਏ ਵੀ ਕੀਤਾ ਅਤੇ ਪਰ ਬੱਚਿਆਂ ਨੂੰ ਮਨਾ ਵੀ ਕੀਤਾ। ਅਤੇ ਇਸ ਕਰਕੇ ਹਾਂ, ਮਤਲਬ ਕਿ ਬਹੁਤ ਧਿਆਨ ਰੱਖਣ ਵਾਲੀਆਂ ਚੀਜ਼ਾਂ ਜਿਹੜੀਆਂ ਕਚਰਾ ਜਿਹਾ ਖਾਂਦੇ ਰਹਿੰਦੇ ਆ, ਜੋ ਕਿ ਹੈਲਥ ਵਾਸਤੇ ਬਹੁਤ ਖਰਾਬ ਹੈ। ਅਤੇ ਡਾਕਟਰ ਵੀ ਕਹਿ ਰਹੇ ਵੀ ਇਹ ਚੀਜ਼ਾਂ ਜਿਹੜੀਆਂ ਉਹ ਘੱਟ ਤੋਂ ਘੱਟ ਖਾਣੀਆਂ ਚਾਹੀਦੀਆਂ ਬੱਚਿਆਂ ਨੂੰ, ਪਰ ਬੱਚੇ ਹੁਣ ਆਉਂਦੇ ਜਾਂਦੇ ਜਦੋਂ ਇੱਥੇ ਆਉਂਦੇ ਆ ਦੁਕਾਨ ਤੋਂ ਫਿਰ ਚੀਜ਼ਾਂ ਖਰੀਦ ਲਿਆਉਂਦੇ ਆ। ਅਤੇ ਹੁਣ ਮੈਂ ਬਸ ਡੇਲੀ ਦਾ ਰੂਟੀਨ ਬਣਾ ਲਿਆ ਕਿ ਸਭ ਬੱਚਿਆਂ ਦੇ ਬੈਗ ਚੈੱਕ ਕਰਿਆ ਕਰੂੰਗੀ, ਜੇ ਇਹ ਚੀਜ਼ਾਂ ਖਾਂਦੇ ਆ ਤਾਂ ਉਹਨਾਂ ਨੂੰ ਕਹੂੰਗੀ ਘਰੇ ਚੱਲ ਜਾਓ ਬਸ ਬੈਗ ਚੱਕ ਕੇ, ਕਿਉਂਕਿ ਬਹੁਤ ਚੀਜ਼ਾਂ ਜਿਹੜੀਆਂ ਇਹ ਆ ਹੈਲਥ ਨੂੰ ਖਰਾਬ ਕਰ ਰਹੀਆਂ। ਤਾਂ ਬੱਚਿਆਂ ਨੇ ਆਮ ਹੀ ਬਣਾ ਲਿਆ ਵੀ ਦੁਕਾਨ 'ਤੇ ਜਾਣਾ, ਕੁਰਕਰੇ ਲੈਣੇ, ਚਿਪਸ ਲੈਣੇ, ਬਸ ਆਹੀ ਚੀਜ਼ਾਂ ਖਾਈ ਜਾਣੀਆਂ ਜੀ। ਅਤੇ ਚਲੋ ਜੀ, ਇਸ ਦੇ ਨਾਲ ਹੀ ਅੱਜ ਵਾਲੇ ਵਲੋਗ ਦਾ ਐਂਡ ਕਰ ਰਹੇ ਹਾਂ। ਵਲੋਗ ਵਧੀਆ ਲੱਗਿਆ ਹੋਵੇ ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਕਰਕੇ ਦੱਸਿਓ ਜੀ। ਮਿਲਾਂਗੇ ਕੱਲ੍ਹ ਇੱਕ ਨਵੇਂ ਵਲੋਗ ਦੇ ਨਾਲ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।